ਮੇਰਾ ਨਾਮ ਪਸਾਕਾ ਸਿੰਘ ਜ਼ਿਲ੍ਹਾ ਪਟਿਆਲਾ ਅਸੀਂ ਪੰਜਾਬ ਹੋਮਗਾਰਡ ਦੇ ਜੋ ਡੈਥ ਕੇਸ ਆ ਉਹਨਾਂ ਦੇ ਵਾਰਸਾਂ ਪੰਜਾਬ ਸਰਕਾਰ ਦੁਆਰਾ ਸਾਨੂੰ ਪਾਲਿਸੀ ਬਣਾਈ ਗਈ ਸੀਗੀ ਸਾਨੂੰ ਨੌਕਰੀਆਂ ਦੇਣ ਦੀ ਪਰ ਪੰਜਾਬ ਸਰਕਾਰ ਦੁਆਰਾ ਸਾਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ ਅਸੀਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ ਅਤੇ ਪੰਜਾਬ ਸਰਕਾਰ ਦੁਆਰਾ ਸਾਨੂੰ ਲਾਰੇ ਹੀ ਲਾਈ ਜਾਂਦੇ ਆ ਪੰਜਾਬ ਸਰਕਾਰ ਦੁਆਰਾ ਲਾਰੇ ਲਾਏ ਗਏ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ ਜੋ ਕਿ ਤਰਸ ਦੇ ਆਧਾਰ 'ਤੇ ਨੌਕਰੀ ਸਾਡੀ ਬਣਦੀ ਆ ਸਾਨੂੰ ਦਿੱਤੀ ਜਾਵੇ ਕੈਪਟਨ ਸਾਹਿਬ 2016 ਦੇ ਵਿੱਚ ਧਰਨੇ ਦੇ ਵਿੱਚ ਸਮਰਥਨ ਦੇ ਕੇ ਗਏ ਸੀ ਉਹਦੀਆਂ ਸਾਡੇ ਲਵਿਆ ਤਸਵੀਰਾਂ ਨੇ ਮੈਂ ਉਹਨਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਤੁਸੀਂ ਆਪ 2016 ਦੇ ਵਿੱਚ ਸਾਨੂੰ ਸਮਰਥਨ ਦਿੱਤਾ ਸੀਗਾ ਅਤੇ ਕਿਹਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਪਰ ਪੰਜਾਬ ਸਰਕਾਰ ਦੁਆਰਾ 4.5 ਸਾਲ ਬੀਤਣ 'ਤੇ ਵੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਅਤੇ ਸਾਨੂੰ 24 ਦਿਨ ਦੇ ਤਕਰੀਬਨ ਹੋ ਗਏ ਆ ਅਤੇ ਧਰਨੇ ਦੇ ਵਿੱਚ ਬੈਠਿਆਂ ਨੂੰ ਸਾਡੇ ਨਾਲ ਮਾਤਾ ਭੈਣਾਂ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਆ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਤੱਕ ਨਹੀਂ ਆਇਆ ਅਤੇ ਸਾਨੂੰ ਸਿਰਫ ਲਾਰਿਆਂ ਤੋਂ ਸਿਵਾ ਹੋਰ ਕੁਛ ਨਹੀਂ ਦਿੱਤਾ ਜਾ ਰਿਹਾ ਵਿਸਾਖਾ ਜੀ ਜੇ ਗੱਲ ਕੀਤੀ ਜਾਓ ਤੁਸੀਂ ਆਪ ਕਹਿ ਰਹੇ ਹੋ ਕਿ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ 24 ਦਿਨ ਹੋ ਗਏ ਤੁਹਾਨੂੰ ਇੱਥੇ ਬੈਠੇ ਫਿਰ ਕੀ ਤੁਹਾਨੂੰ ਲੱਗਦਾ ਤੁਹਾਡੀ ਮੰਗ ਇਸੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਪੂਰੀ ਹੋ ਜਾਏਗੀ ਸਰ ਸ਼ਾਂਤਮਈ ਤਰੀਕੇ ਨਾਲ ਅਸੀਂ 24 ਦਿਨਾਂ ਤੋਂ ਸਿਰਫ ਸ਼ਾਂਤਮਈ ਤਰੀਕੇ ਨਾਲ ਇਹ ਦੇਖ ਰਹੇ ਸੀਗੇ ਚਲੋ ਸਰਕਾਰ ਦਾ ਨੁਮਾਇੰਦਾ ਸਾਡੇ ਤੱਕ ਆਵੇ ਪਰ ਸਰਕਾਰ ਦੇ ਨੁਮਾਇੰਦੇ ਨੇ ਸਾਡੇ ਤੱਕ ਕੋਈ ਵੀ ਪਹੁੰਚ ਨਹੀਂ ਕੀਤੀ ਹੁਣ ਅਸੀਂ ਕੱਲ੍ਹ ਤੋਂ ਸਖ਼ਤ ਐਕਸ਼ਨ ਲਵਾਂਗੇ ਅਤੇ ਬਹੁਤ ਹੀ ਰੋਸ ਦੇ ਵਿੱਚ ਕੋਈ ਨਾ ਕੋਈ ਗੁਪਤ ਐਕਸ਼ਨ ਕਰਾਂਗੇ ਪੰਜਾਬ ਸਰਕਾਰ ਦੇ ਅਗੇਂਸਟ ਟੀਚਰ ਟਾਈਪਰੇਸਰ ਸਾਰੇ ਖੜੇ ਹੋਏ ਤੁਹਾਨੂੰ ਲੱਗਦਾ ਤਾਂ ਇਹਨਾਂ ਸਾਰਿਆਂ ਦੇ ਬਾਵਜੂਦ ਖੜੇ ਹੋਣ ਦੇ ਬਾਵਜੂਦ ਇਹਨਾਂ ਦੀ ਮੰਗਾਂ ਨਹੀਂ ਪੂਰੀ ਤੁਹਾਡੀ ਹੋ ਜਾਊਗੀਆਂ ਜੋ ਸਾਡਾ ਤਾਂ ਦੇਖੋ ਸਰ ਜੋ ਸਾਡਾ ਹੱਕ ਹੈ ਮੈਮ ਸਾਡਾ ਅਸੀਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਹਾਂ ਸਾਡਾ ਹੱਕ ਬਣਦਾ ਸਾਨੂੰ ਕੋਰਟ ਦੇ ਆਰਡਰ ਆ ਨੌਕਰੀ ਦੇਣ ਦੇ ਪਰ ਫਿਰ ਵੀ ਪੰਜਾਬ ਸਰਕਾਰ ਦੁਆਰਾ ਨਲਾਇਕੀ ਉਹ ਇੱਕ ਤਰ੍ਹਾਂ ਦੀ ਜਿਹੜੀਆਂ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਪਾਲਿਸੀ ਹੋਣ ਦੇ ਬਾਵਜੂਦ ਵੀ ਕੋਰਟ ਦੇ ਆਰਡਰ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੁਆਰਾ ਸਾਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਜਾ ਰਹੀ ਅਤੇ ਅਸੀਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ ਕਿੰਨੇ ਕੁ ਆਪਣੇ ਨੁਮਾਇੰਦੇ ਹੈਗੇ ਜਿਨ੍ਹਾਂ ਨੂੰ ਨੌਕਰੀ ਦੀ ਮਤਲਬ ਤਲਾਸ ਹੈ ਕਿੰਨੇ ਕੁ ਆਰਸਿਤ ਹੈਗੇ ਜਿਹੜੇ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿੰਨੇ ਲੋਕ ਅਸੀਂ ਤਕਰੀਬਨ 2007 ਤੋਂ ਜਿਹੜੀ ਪਾਲਿਸੀ ਬਣੀ ਸੀਗੀ 2018 ਤੋਂ 7 ਤੋਂ ਪਾਲਿਸੀ ਬਣੀ ਸੀਗੀ ਉਹਦੇ ਵਿੱਚ 2 ਬੈਚਾਂ ਨੂੰ ਨੌਕਰੀ ਦੇ ਚੁੱਕੀ ਹੈ ਸਰਕਾਰ ਅਤੇ ਅਸੀਂ ਨਵੇਂ ਕੇਸ ਨੇ ਉਹ 387 ਕੇਸ ਆ ਜੋ ਪੈਂਡਿੰਗ ਪਏ ਆ ਅਤੇ ਬਾਕੀ 2007 ਤੋਂ 84 ਤੋਂ 1984 ਤੋਂ ਲੈ ਕੇ 2007 ਤੱਕ ਦੇ ਕੇਸ ਵੀ ਪੈਂਡਿੰਗ ਪਏ ਆ ਤੁਸੀਂ ਗੁਪਤ ਐਕਸ਼ਨ ਦੀ ਗੱਲ ਕਰੋ ਕਿਸ ਤਰ੍ਹਾਂ ਦਾ ਗੁਪਤ ਐਕਸ਼ਨ ਹੋ ਸਕਦਾ ਕਿਸੇ ਸਰਕਾਰ ਦੇ ਦਫ਼ਤਰ ਦਾ ਘਿਰਾਓ ਕਰੋਗੇ ਜਾਂ ਕੋਈ ਆਪਣੇ ਲਈ ਕੋਈ ਨੁਕਸਾਨ ਦਾ ਕੁਛ ਇਸ ਤਰ੍ਹਾਂ ਅਸੀਂ ਸਾਰੇ ਹੁਣ ਅਸੀਂ ਜੋ ਵੀ ਸਿੱਟਾ ਇਹ ਧਰਨੇ 'ਚੋਂ ਕੱਢਿਆ ਵੀ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕਰੀ ਅਸੀਂ ਭੁੱਖ ਹੜਤਾਲ 'ਤੇ ਹੀ ਬੈਠਾਂਗੇ ਅਤੇ ਅਸੀਂ ਵੱਧ ਤੋਂ ਵੱਧ ਪੰਜਾਬ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਉਹਨਾਂ ਦਾ ਘਿਰਾਓ ਕਰਾਂਗੇ ਮੈਡਮ ਆਪਣਾ ਨਾਂ ਕੀ ਹੈ ਮੇਰਾ ਨਾਮ ਹਰਪ੍ਰੀਤ ਕੌਰ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਤੁਸੀਂ ਕਿਸ ਚੀਜ਼ ਨੂੰ ਲੈ ਕੇ ਇੱਥੇ ਆਪਣੇ ਬੈਠੇ ਹੋ ਤੁਹਾਡੇ ਘਰ ਦੀ ਕੀ ਪ੍ਰੋਬਲਮ ਸੀ ਪ੍ਰੋਬਲਮ ਜੀ ਮੇਰੇ ਪਾਪਾ ਦੀ 15 ਅਗਸਤ 2019 'ਚ ਡੈਥ ਹੋ ਗਈ ਸੀ ਜੀ ਹਜੇ ਤੱਕ ਸਾਨੂੰ ਕੋਈ ਨੌਕਰੀ ਨਹੀਂ ਦਿੱਤੀ ਜਾ ਰਹੀ ਜੀ ਅਤੇ ਸਾਡੇ ਜੀ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੈ ਜੀ ਤਾਂ ਕਿ ਸਾਨੂੰ ਜੀ ਛੇਤੀ ਛੇਤੀ ਨੌਕਰੀ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਸਾਡੀ ਕੋਈ ਮਤਲਬ ਕਿ ਮੰਗ ਨਹੀਂ ਪੂਰੀ ਕਰ ਰਹੀ ਜੀ ਮਹਾਰਾਣੀ ਪ੍ਰਨੀਤ ਕੌਰ ਪਰਮਿੰਦਰ ਜੀ ਤੇ ਸਾਨੂੰ ਸਿਰਫ ਮਿਲਣ ਦੇ ਬਾਵਜੂਦ ਮਤਲਬ ਕੋਈ ਹੱਲ ਨਹੀਂ ਹੋਇਆ ਨਹੀਂ ਜੀ ਕੋਈ ਹੱਲ ਨਹੀਂ ਹੋਇਆ ਜੀ ਤੇ ਸਾਨੂੰ